ਪੂਰੇ ਅੰਟਾਰੀਓ ਦੇ ਵਿੱਚ 1.5 ਮਿਲੀਅਨ ਜਿਹੜਾ ਘਰ ਹੈ ਜੀ ਉਹ ਨਵਾਂ ਬਣਾਉਣਾ, ਉਹਦੇ ਵਿੱਚ ਜਿਹੜਾ ਸਾਡੀ ਕੋਸ਼ਿਸ਼ ਹੈ ਕਿ ਹਾਊਸਿੰਗ ਦੀ ਸ਼ੋਰਟੇਜ ਨੂੰ ਖਤਮ ਕੀਤਾ ਜਾਵੇ। ਪੰਜਾਬੀ ਜਿੱਥੇ ਵੀ ਗਏ ਨੇ ਪੰਜਾਬ ਅਤੇ ਭਾਰਤ ਦਾ ਨਾਮ ਰੋਸ਼ਨ ਕਰਦੇ ਰਹੇ ਨੇ, ਅਤੇ ਅੱਜ ਅਸੀਂ ਉਸ ਪੰਜਾਬੀ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਕੈਨੇਡਾ ਦੀ ਧਰਤੀ ਦੇ ਉੱਤੇ ਜਾ ਕੇ ਇੱਕ ਐਜ਼ ਏ ਸਟੂਡੈਂਟ ਜਾ ਕੇ ਨਾਮਣਾ ਖੱਟਿਆ ਹੈਗਾ, ਔਰ ਆਪਣੇ ਮਿਹਨਤ ਦੇ ਬਲਬੂਤੇ ਦੇ ਨਾਲ ਇੱਕ ਮੁਕਾਮ ਜਿਹੜਾ ਹੈਗਾ ਕੈਨੇਡਾ ਦੀ ਗੌਰਮੈਂਟ ਦੇ ਵਿੱਚ ਜਿਹੜਾ ਹੈਗਾ ਆਪਣਾ ਕਾਇਮ ਕੀਤਾ ਹੈਗਾ। ਤਾਂ ਮੇਰੇ ਨਾਲ ਕੈਨੇਡਾ ਦੇ ਬ੍ਰੈਂਪਟਨ ਤੋਂ ਵੈਸਟ ਤੋਂ ਜਿਹੜੇ ਹੈਗੇ ਐਮ ਪੀ ਪੀ ਅਮਰਜੋਤ ਸੰਧੂ ਮੌਜੂਦ ਨੇ। ਅੱਜ ਉਹ ਆਪਣੇ ਕਹਿ ਸਕਦੇ ਹਾਂ ਜਿਸ ਸਕੂਲ 'ਚ ਪੜ੍ਹੇ ਸੀਗੇ ਉਸ ਸਕੂਲ ਦੇ ਵਿੱਚ ਪਹੁੰਚੇ ਨੇ, ਜਿੱਥੇ ਬਾਕਾਇਦਾ ਤੌਰ ਦੇ ਉੱਤੇ ਇੱਕ ਇਸੇ ਕਹਿ ਸਕਦੇ ਹਾਂ ਕਿ ਉਹਨਾਂ ਦਾ ਵੈਲਕਮ, ਵਾਰਮ ਵੈਲਕਮ ਜਿਹੜਾ ਹੈਗਾ ਉਹਨਾਂ ਦੀ ਸਮੂਹ ਫੈਮਿਲੀ ਦਾ ਇੱਥੇ ਕੀਤਾ ਗਿਆ, ਔਰ ਇਸ ਫੰਕਸ਼ਨ ਦੇ ਵਿੱਚ ਪਹੁੰਚੇ ਹੋਏ ਨੇ। ਤਾਂ ਮੇਰੇ ਨਾਲ ਪਹਿਲਾਂ ਤਾਂ ਸੰਧੂ ਸਾਹਿਬ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਜੀ, ਥੈਂਕ ਯੂ ਪ੍ਰਿੰਸ ਜੀ, ਬਹੁਤ ਮਿਹਰਬਾਨੀ ਤੁਹਾਡੀ ਅਤੇ ਤੁਹਾਡੇ ਚੈਨਲ ਦੀ, ਤੁਸੀਂ ਜਿਹੜਾ ਅੱਜ ਟਾਈਮ ਕੱਢ ਕੇ ਜਿਹੜਾ ਜੀ ਕਵਰ ਕਰ ਰਹੇ ਹੋ ਇਵੈਂਟ। ਸੰਧੂ ਸਾਹਿਬ ਪਹਿਲਾਂ ਤਾਂ ਅੱਜ ਨੂੰ ਲੈ ਕੇ ਕਿ ਅੱਜ ਉੱਥੇ ਪਹੁੰਚਿਆ ਜਿੱਥੇ ਪੜ੍ਹੇ ਸੀਗੇ, ਸ਼ੁਰੂਆਤ ਸੀਗੀ ਜ਼ਿੰਦਗੀ ਦੀ, ਹੈ ਨਾ, ਕਿਵੇਂ ਮਹਿਸੂਸ ਕਰਦੇ ਹੋ ਅੱਜ? ਬਹੁਤ ਸੋਹਣਾ ਕਹਿ ਸਕਦੇ ਹਾਂ ਕਿ ਪਿਆਰ ਜਿਹੜਾ ਹੈਗਾ ਇੱਥੇ ਸਥਾਨਕ ਸਕੂਲ ਵੱਲੋਂ ਜਾਂ ਬੱਚਿਆਂ ਵੱਲੋਂ ਸਾਰਿਆਂ ਵੱਲੋਂ ਮਿਲਿਆ ਹੈਗਾ ਉਸ ਨੂੰ ਲੈ ਕੇ? ਬਹੁਤ ਧੰਨਵਾਦੀ ਹਾਂ ਜੀ ਮੈਨੇਜਮੈਂਟ ਦੇ, ਮੇਰੇ ਭਰਾ ਬਿਕਰਮ ਚੀਮਾ ਜਿਹੜੇ ਸਕੂਲ ਦੇ ਪ੍ਰਿੰਸੀਪਲ ਆ, ਅਸੀਂ ਇਕੱਠੇ ਕਹਿ ਲਓ ਕਿ ਨਰਸਰੀ ਕਲਾਸ ਤੋਂ ਇਕੱਠੇ ਪੜ੍ਹੇ ਹਾਂ ਜੀ। ਸੋ ਅੱਜ ਵੀ ਉਹ ਚੀਜ਼ਾਂ ਯਾਦ ਆ ਜਿਹੜੀਆਂ ਇੱਥੇ ਸ਼ਤਾਨੀਆਂ ਕਰਦੇ ਰਹੇ ਹਾਂ, ਬਟ ਨਾਲ ਦੀ ਨਾਲ ਜਿਹੜੀ ਟੀਚਰਸ ਦੀ ਰਿਸਪੈਕਟ ਜਿਹੜੀ ਬਹੁਤ ਜ਼ਿਆਦਾ ਜ਼ਰੂਰੀ ਆ, ਜਿੱਦਾਂ ਮੈਂ ਬੱਚਿਆਂ ਨੂੰ ਅੱਜ ਵੀ ਕਿਹਾ ਕਿ ਟੀਚਰਸ ਰਿਸਪੈਕਟ ਕਰੋ, ਇਹ ਜਿਹੜਾ ਜਦੋਂ ਇਹ ਜਿਹੜੀਆਂ ਵੈਲਿਊਜ਼ ਜਿਹੜੀਆਂ ਇੱਥੋਂ ਆਪਾਂ ਜਿਹੜੀਆਂ ਸਕੂਲ ਤੋਂ ਸਿੱਖੀਆਂ, ਜਿਹੜੀ ਐਜੂਕੇਸ਼ਨ ਇੱਥੋਂ ਪ੍ਰਾਪਤ ਕੀਤੀ ਆ ਜੀ, ਉਹ ਹਮੇਸ਼ਾ ਤੁਹਾਡੇ ਸਾਡੀ ਜ਼ਿੰਦਗੀ ਦੇ ਵਿੱਚ ਕੰਮ ਆਉਂਦੀ ਆ ਜੀ। ਸੋ ਬਹੁਤ ਵਧੀਆ ਲੱਗ ਰਿਹਾ ਇੱਥੇ ਆਏ ਹਾਂ, ਬਹੁਤ ਪਿਆਰ ਜਿਹੜਾ ਸਾਰੀ ਮੈਨੇਜਮੈਂਟ ਵੱਲੋਂ ਸਾਰੇ ਬੱਚਿਆਂ ਵੱਲੋਂ ਦਿੱਤਾ ਗਿਆ। ਅੱਜ ਤਾਂ ਸਕੂਲ ਬਹੁਤ ਵੱਡਾ ਹੋ ਗਿਆ, ਜਦੋਂ ਅਸੀਂ ਸਟਾਰਟ ਕੀਤਾ ਸੀ ਜੀ ਉਹ ਸਕੂਲ ਦੇ ਮੁੱਢਲੇ ਸਾਲ ਸੀ। ਸੋ ਬਹੁਤ ਸਕੂਲ ਨੇ ਤਰੱਕੀ ਕੀਤੀ ਆ, ਲੇਕਿਨ ਇਹਨਾਂ ਦਾ ਸਟੈਂਡਰਡ ਜਿਹੜਾ ਉਹ ਅਜੇ ਵੀ ਉਦਾਂ ਦਾ ਉਦਾਂ ਸਟੈਂਡਰਡ, ਜਿਹੜੀ ਕੋਸ਼ਿਸ਼ ਹੁੰਦੀ ਆ ਕਿ ਜਿਹੜੇ ਇਹਨਾਂ ਦੇ ਵਧੀਆ ਬੱਚਿਆਂ ਨੂੰ ਐਜੂਕੇਸ਼ਨ ਦਿੱਤੀ ਜਾਵੇ, ਕਿਉਂਕਿ ਐਜੂਕੇਸ਼ਨ ਜਿੱਦਾਂ ਮੈਂ ਕਿਹਾ ਜੀ ਇੱਕ ਬਹੁਤ ਪਾਵਰਫੁਲ ਟੂਲ ਹੈਗਾ, ਬਹੁਤ ਪਾਵਰਫੁਲ ਵੈਪਨ ਆ, ਜਿਹਦੇ ਨਾਲ ਆਪਾਂ ਸੋਸਾਇਟੀ ਦੇ ਵਿੱਚ ਕਹਿ ਲਓ ਕਿ ਡਿਫਰੈਂਸ ਲਿਆ ਸਕਦੇ ਹਾਂ, ਦੁਨੀਆ ਨੂੰ ਬਦਲ ਸਕਦੇ ਹਾਂ। ਸੋ ਬੱਚਿਆਂ ਨੂੰ ਇਹੋ ਮੇਰੀ ਜਿਹੜੀ ਕਹਿ ਲਓ ਜੀ ਐਡਵਾਈਸ ਹੁੰਦੀ ਹੈ ਕਿ ਵਧੀਆ ਐਜੂਕੇਸ਼ਨ ਪ੍ਰਾਪਤ ਕਰੋ, ਆਪਣੇ ਟੀਚਰਸ ਦੀ ਰਿਸਪੈਕਟ ਕਰੋ, ਤਾਂ ਕਿ ਤੁਸੀਂ ਸੋਸਾਇਟੀ ਦੇ ਵਿੱਚ ਵਧੀਆ ਕੁਝ ਕਰ ਸਕੋ। ਸੰਧੂ ਸਾਹਿਬ ਸ਼ੁਰੂਆਤ ਜਿਹੜਾ ਹੈਗਾ, ਕਿਉਂਕਿ ਕਹਿ ਸਕਦੇ ਹਾਂ ਕਿ ਪਹਿਲਾਂ ਇੱਕ ਵਾਰੀ ਤੁਸੀਂ ਐਮ ਪੀ ਪੀ ਚੁਣੇ ਗਏ ਸੀਗੇ, ਉਸ ਤੋਂ ਬਾਅਦ ਹੁਣ ਰੀਇਲੈਕਟਡ ਹੋਏ ਹੋ ਤੁਸੀਂ ਉੱਥੇ, ਕਿਵੇਂ ਦੇਖਦੇ ਹੋ ਜਿਹੜਾ ਲੋਕਾਂ ਵੱਲੋਂ ਪਿਆਰ ਮਿਲਿਆ ਹੈਗਾ ਇੱਥੇ ਤਾਂ ਹੈ ਹੀ ਹੈ, ਜਿਹੜਾ ਜਿਹੜਾ ਉੱਥੇ ਵੀ ਕੈਨੇਡਾ ਦੇ ਵਿੱਚ ਵੀ ਤੁਹਾਨੂੰ ਮਿਲ ਰਿਹਾ ਹੈਗਾ ਵਾ, ਉਸ ਨੂੰ ਕਿਵੇਂ ਦੇਖ? ਬਹੁਤ ਹੰਬਲ ਹਾਂ ਜੀ, ਇੱਕ ਬਹੁਤ ਹੰਬਲ, ਅਤੇ ਕਹਿ ਲਓ ਕਿ ਬਹੁਤ ਵਧੀਆ ਲੱਗਦਾ ਜਿੱਦਾਂ ਲੋਕਾਂ ਵੱਲੋਂ ਸਾਥ ਦਿੱਤਾ ਗਿਆ, ਦੁਬਾਰਾ ਰੀਇਲੈਕਟ ਹੋਣ, ਮੈਂ 2022 ਦੇ ਵਿੱਚ ਦੂਜੀ ਵਾਰੀ ਰੀਇਲੈਕਟ ਹੋਇਆ ਜੀ, ਸਾਡੀ ਗੌਰਮੈਂਟ ਜਿਹੜੀ ਬੜੀ ਵੱਡੀ ਮੈਜੋਰਿਟੀ ਦੇ ਨਾਲ ਰੀਇਲੈਕਟ ਹੋਈ ਆ। ਸੋ ਦੇਖੋ ਇਹੋ ਕੋਸ਼ਿਸ਼ ਹੁੰਦੀ ਆ ਕਿ ਲੋਕਾਂ ਨੇ ਸਾਨੂੰ ਉੱਥੇ ਚੁਣ ਕੇ ਭੇਜਿਆ ਵਾ, ਜਿਹੜੇ ਉਹਨਾਂ ਦੇ ਇਸ਼ੂਸ ਹੈਗੇ, ਜਿਹੜੇ ਮਸਲੇ ਜਿਹੜੇ ਜਿਨ੍ਹਾਂ ਦੇ ਲੋਕ ਸਾਡੇ ਕੋਲ ਆਉਂਦੇ ਆ, ਸਾਡੀ ਕੋਸ਼ਿਸ਼ ਹੁੰਦੀ ਕਿ ਉਹਨਾਂ ਨੂੰ ਪਾਰਲੀਮੈਂਟ ਤੱਕ ਲੈ ਕੇ ਜਾਇਆ ਜਾਵੇ, ਉਹਨਾਂ ਦਾ ਹੱਲ ਕਰਵਾਉਣ ਦਾ ਯਤਨ ਕੀਤਾ ਜਾਵੇ। ਸੋ ਕਾਫੀ ਇਸ਼ੂਸ ਜਿਹੜੇ ਬ੍ਰੈਂਪਟਨ ਦੇ ਹੈਗੇ ਸੀ, ਉਹਨਾਂ ਨੂੰ ਅਸੀਂ ਪਿਛਲੇ 4 ਸਾਲ ਦੇ ਵਿੱਚ ਜਿਹੜਾ ਪੂਰਾ ਕੀਤਾ, ਚਾਹੇ ਨਵਾਂ ਹਸਪੀਟਲ ਬਣਾਉਣ ਦੇ ਲਈ ਗੱਲ ਕਰੀਏ, ਚਾਹੇ ਮੈਡੀਕਲ ਸਕੂਲ, ਟਰੱਕਿੰਗ ਦੇ ਬੜੇ ਵੱਡੇ ਇਸ਼ੂਸ ਜਿਹੜੇ ਹੈਗੇ ਸੀ, ਉਹਨਾਂ ਦੇ ਮੈਂ ਕੰਮ ਕੀਤਾ। ਸੋ ਉਹ ਲੋਕਾਂ ਦਾ ਸਾਥ ਜਿਹੜਾ ਜੀ ਲੋਕਾਂ ਵੱਲੋਂ ਬਹੁਤ ਵੱਡੇ ਪੱਧਰ 'ਤੇ ਦੁਬਾਰਾ ਸਾਥ ਦਿੱਤਾ ਗਿਆ, ਬਹੁਤ ਵੱਡੇ ਮਾਰਜਿਨ ਨਾਲ ਜਿਹੜਾ ਲੋਕਾਂ ਵੱਲੋਂ ਜਿਤਾਇਆ ਗਿਆ। ਸੋ ਹਮੇਸ਼ਾ ਹੀ ਬ੍ਰੈਂਪਟਨ ਵੈਸਟ ਦੇ ਲੋਕਾਂ ਦੇ ਰਿਣੀ ਰਵਾਂਗੇ ਜੀ। ਇਹ ਜਿਹੜਾ ਕਹਿ ਲਓ ਕਿ ਉਹਨਾਂ ਵੱਲੋਂ ਸਾਥ ਦਿੱਤਾ ਜਾਂਦਾ, ਇੱਕ ਇੰਟਰਨੈਸ਼ਨਲ ਸਟੂਡੈਂਟ ਦੇ ਤੌਰ 'ਤੇ ਮੈਂ ਗਿਆ ਸੀ, ਕਦੀ ਸੋਚਿਆ ਵੀ ਨਹੀਂ ਕਿ ਬਾਹਰਲੇ ਕੰਟਰੀ ਦੇ ਵਿੱਚ ਜਾ ਕੇ ਇੱਦਾਂ ਦਾ ਮਾਣ ਮਿਲੂਗਾ। ਸੋ ਇਹ ਲੋਕਾਂ ਦਾ, ਪਰਮਾਤਮਾ ਦਾ ਹਮੇਸ਼ਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੇ ਕਰਕੇ ਅੱਜ ਇਹ ਚਾਂਸ ਮਿਲਿਆ ਜੀ। ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਚੋਣ ਮਨੋਰਥ ਪੱਤਰ ਨੂੰ ਲੈ ਕੇ ਬਹੁਤ ਸਾਰੇ ਸਵਾਲ ਉੱਠਦੇ ਨੇ, ਕਿਉਂਕਿ ਜਦੋਂ ਰੀਇਲੈਕਟਡ ਹੋਏ ਹੋ ਤੁਸੀਂ ਉੱਥੇ, ਹੈ ਨਾ, ਤਾਂ ਇੱਕ ਛੋਟਾ ਜਿਹਾ ਇਹ ਪੁੱਛਣਾ ਚਾਹਾਂਗੇ ਤੁਹਾਡੇ ਕੋਲੋਂ ਕਿ ਕੀ 100% ਜੋ ਤੁਸੀਂ ਵਾਅਦੇ ਕਰਦੇ ਹੋ ਚੋਣਾਂ ਦੇ ਵਿੱਚ, ਜਿਵੇਂ ਕਿ ਇੱਥੇ ਬਹੁਤ ਸਾਰੇ ਬਹੁਤ ਤਰ੍ਹਾਂ ਦੇ ਕਮੈਂਟਸ ਵੱਖ ਵੱਖ ਪਾਰਟੀ ਸਿਆਸੀ ਪਾਰਟੀਆਂ ਦੇ ਉੱਤੇ ਲੱਗਦੇ ਰਹਿੰਦੇ ਹੈਗੇ, ਉਹ ਉੱਥੇ ਜਿਹੜਾ ਹੈਗਾ ਇਹ ਰੀਇਲੈਕਟਡ ਹੋਣ ਦਾ ਕਾਰਨ ਕੀ ਹੈਗਾ, ਜਾਂ ਫਿਰ ਉੱਥੇ ਜੋ ਚੋਣ ਮਨੋਰਥ ਪੱਤਰ ਇੱਥੋਂ ਦੇ ਰਹਿੰਦੇ ਹੈਗੇ, ਐਜ਼ ਪਰ ਉਹਦੇ 100% ਕੰਮ ਹੋ ਰਿਹਾ ਉੱਥੇ? ਦੇਖੋ 100% ਤਾਂ ਕਦੀ ਵੀ ਨਹੀਂ ਹੁੰਦਾ, ਕਈ ਵਾਰ ਚੀਜ਼ਾਂ ਰਹਿ ਜਾਂਦੀਆਂ, ਕਈ ਵਾਰ ਚੀਜ਼ਾਂ ਨੂੰ ਟਾਈਮ ਲੱਗ ਜਾਂਦਾ, ਲੇਕਿਨ ਸਾਡੀ ਗਵਰਨਮੈਂਟ ਵੱਲੋਂ ਜਿਹੜੇ ਵੀ ਜਿਹੜੇ ਪ੍ਰੋਮਿਸ ਕੀਤੇ ਗਏ ਸੀ, ਜਿੱਦਾਂ ਮੈਂ ਬ੍ਰੈਂਪਟਨ ਦੀ ਗੱਲ ਕੀਤੀ ਆ ਕਿ ਨਵਾਂ ਹਸਪੀਟਲ ਜਿਹੜਾ ਬ੍ਰੈਂਪਟਨ ਦੇ ਲੋਕ ਡਿਮਾਂਡ ਕਰ ਰਹੇ ਸੀ, ਇੱਕ ਨਵਾਂ ਮੈਡੀਕਲ ਸਕੂਲ,
ਉਹ ਡਿਮਾਂਡ ਕਰ ਰਹੇ ਸੀ ਹਾਈਵੇ 413 ਇੱਕ ਉੱਥੇ ਬਹੁਤ ਵੱਡਾ ਇਸ਼ੂ ਆ, ਟਰੱਕਿੰਗ ਦੇ ਇਸ਼ੂ ਹੈਗੇ ਆ। ਸੋ ਉਹ ਮੈਂ ਪਿਛਲੇ 4 ਸਾਲ ਦੇ ਵਿੱਚ ਆਪਣੇ ਨਾਲ ਜਿਹੜੇ ਮੇਰੇ ਕੁਲੀਗ ਹੈਗੇ ਉਹਨਾਂ ਨਾਲ ਰਲ ਕੇ ਆਪਾਂ ਉਹਨਾਂ ਦਾ ਹੱਲ ਕੀਤਾ। ਇਸ਼ੂਜ਼ ਜਿਹੜੇ ਕਦੀ ਵੀ ਨਹੀਂ ਮੁੱਕਦੇ ਜੀ, ਜਿਹੜੇ ਲੋਕਾਂ ਦੀਆਂ ਸਮੱਸਿਆਵਾਂ ਹੁੰਦੀਆਂ ਵਾ, ਜਿਹੜੀਆਂ ਇਨਫਰਾਸਟ੍ਰਕਚਰ ਨੂੰ ਲੈ ਕੇ ਹਮੇਸ਼ਾ ਜੋ ਜੋ ਕਮਿਊਨਿਟੀ ਉੱਥੇ ਗਰੋ ਹੁੰਦੀ ਆ, ਲੋਕਾਂ ਦੀਆਂ ਕਹਿ ਲਓ ਕਿ ਨੀਡਸ ਵੀ ਜਿਹੜੀਆਂ ਵੱਧਦੀਆਂ। ਸੋ ਇਹੋ ਕੋਸ਼ਿਸ਼ ਹੁੰਦੀ ਆ ਜਿਹੜੇ ਜਿਹੜੇ ਮਸਲਿਆਂ ਦਾ ਹੱਲ ਹੋ ਗਿਆ, ਜਿਹੜੇ ਰਹਿ ਗਏ ਆ ਉਹਨਾਂ ਨੂੰ ਅੱਗੇ ਆਉਣ ਵਾਲੇ ਜਿਹੜੇ ਹੁਣ ਟਾਈਮ ਸਾਡੇ ਕੋਲ 2.5-3 ਸਾਲ ਅਜੇ ਹੈਗੇ ਆ, ਉਹਨਾਂ ਦੇ ਵਿੱਚ ਪੂਰਾ ਕੀਤਾ ਜਾਵੇ ਤਾਂ ਕਿ ਲੋਕ ਜਿਹੜੇ, ਕਿਉਂਕਿ ਉੱਥੇ ਕੰਮ ਦੀ ਬਹੁਤ ਵੈਲਿਊ ਆ, ਜੇ ਕੰਮ ਤੁਸੀਂ ਕਰਦੇ ਆ ਤਾਂ ਹੀ ਲੋਕੀ ਤੁਹਾਨੂੰ ਦੁਬਾਰਾ ਮੌਕਾ ਦਿੰਦੇ ਆ। ਲੋਕਾਂ ਦੇ ਹੱਥ ਦੇ ਵਿੱਚ ਬਹੁਤ ਪਾਵਰ ਆ ਜੀ, ਲੋਕੀ ਤੁਹਾਨੂੰ ਵੱਡੇ ਤੋਂ ਵੱਡੇ ਮਾਰਜਨ ਨਾਲ ਜਿਤਾ ਵੀ ਸਕਦੇ ਆ ਅਤੇ ਤੁਹਾਨੂੰ ਰਾਈਟ ਵੇ ਤੁਹਾਨੂੰ ਹਰਾ ਵੀ ਸਕਦੇ ਆ। ਸੋ ਲੋਕਾਂ ਦੀ ਸਾਡੀ ਇਹ ਹੁੰਦਾ ਕਿ ਜੋ ਲੋਕਾਂ ਦੇ ਇਸ਼ੂਜ਼ ਹੈਗੇ ਉਹਨਾਂ 'ਤੇ ਕੰਮ ਕਰਨ ਦਾ ਯਤਨ ਕੀਤਾ ਜਾਵੇ। ਗੱਲ ਹੋ ਰਹੀ ਹੈ ਕਿ ਜਿਹੜੇ ਹੁਣ ਰੀਸੈਂਟਲੀ ਮਸਲੇ ਹੈਗੇ, ਦੇਖੋ ਕਾਫੀ ਸਾਰੀਆਂ ਜਿਹੜੀਆਂ ਹੈਗੀਆਂ ਪੰਜਾਬੀ ਜਿਹੜੇ ਬੱਚੇ ਐਜ਼ ਏ ਇੰਟਰਨੈਸ਼ਨਲ ਸਟੂਡੈਂਟ ਜਾ ਰਹੇ ਕੈਨੇਡਾ ਦੇ ਵਿੱਚ, ਤਾਂ ਮੌਤਾਂ ਦੀ ਗਿਣਤੀ ਬਹੁਤ ਵੱਧ ਰਹੀ ਹੈ, ਕਾਰਨ ਜਿਹੜਾ ਹੈਗਾ ਉਹ ਸਮਝ ਨਹੀਂ ਆ ਰਿਹਾ ਹੈਗਾ। ਤੁਸੀਂ ਬਕਾਇਦਾ ਉੱਥੇ ਇਹ ਸਾਰੀਆਂ ਚੀਜ਼ਾਂ ਨੂੰ ਦੇਖ ਵੀ ਰਹੇ ਹੋ, ਕੀ ਕਾਰਨ ਕੀ ਸਮਝਦੇ ਹੋ ਇਹਦੇ ਮਗਰ ਜਿਹੜਾ ਹੈਗਾ ਕਿ ਬਹੁਤ ਵੱਡੀ ਤਾਦਾਦ ਜਿਹੜੀ ਹੈਗੀ ਲਗਾਤਾਰ ਵੱਧਦੀ ਜਾ ਰਹੀ ਹੈ? ਬਹੁਤ ਕੰਸਰਨਿੰਗ ਆ ਜੀ। ਜਦੋਂ ਵੀ ਦੇਖੋ ਐਜ਼ ਆ ਪੋਲੀਟੀਸ਼ੀਅਨ, ਸਾਨੂੰ ਲੋਕਾਂ ਦੀਆਂ ਬੱਚਿਆਂ ਦੀਆਂ ਕਾਲਾਂ ਆਉਂਦੀਆਂ, ਉਹਨਾਂ ਦੇ ਪੇਰੈਂਟਸ ਦੀਆਂ ਕਾਲਾਂ ਆਉਂਦੀਆਂ, ਕਈ ਵਾਰੀ ਡੈੱਡ ਬਾਡੀਜ਼ ਨੂੰ ਪਿੱਛੇ ਭੇਜਣ ਦੇ ਲਈ, ਜਿੱਦਾਂ ਮੈਂ ਕਿਹਾ ਜੀ ਕਿ ਪੇਰੈਂਟਸ ਨੂੰ ਵੀ ਇਹ ਚੀਜ਼ ਦੇਖਣੀ ਚਾਹੀਦੀ। ਕਈ ਵਾਰ ਆਪਾਂ ਜਦੋਂ ਉੱਥੇ ਬੱਚੇ ਭੇਜਦੇ ਹਾਂ, ਆਪਣੀਆਂ ਉਮੀਦਾਂ ਬਹੁਤ ਹੁੰਦੀਆਂ। ਅਸੀਂ ਵੀ ਜਦੋਂ ਗਏ ਸੀ, ਸਾਨੂੰ ਵੀ ਲੱਗਦਾ ਸੀ ਅਸੀਂ ਜਾ ਕੇ ਪਤਾ ਨਹੀਂ ਰਾਈਟ ਵੇ ਕੀ ਕਰ ਲੈਣਾ ਜੀ, ਸਾਨੂੰ ਗੱਡੀ ਬਾਏ ਕਰ ਲਾਂਗੇ, ਆਹ ਕਰ ਲਾਂਗੇ। ਸੋ ਅੱਜ ਕੱਲ੍ਹ ਉੱਦਾਂ ਵੀ ਇਕਨੋਮਿਕ ਚੈਲੇਂਜਿੰਗ ਜਿਹੜਾ ਟਾਈਮ ਹੈਗਾ ਜੀ, ਇਕਨੋਮਿਕ ਅਨਸਰਟਨਟੀ ਸਾਰੇ ਵਰਲਡ ਦੇ ਵਿੱਚ ਚੱਲ ਰਹੀ ਆ, ਜੋਬਾਂ ਵੀ ਜਿਹੜੀਆਂ ਲੱਭਣ ਦੇ ਵਿੱਚ ਮੁਸ਼ਕਲ ਆ ਰਹੀ ਆ, ਇਨਫਲੇਸ਼ਨ ਜਿਹੜੀ ਆ ਜੀ ਉਹ ਬਹੁਤ ਵੱਧ ਗਈ ਆ। ਸੋ ਬੱਚੇ ਕਈ ਵਾਰ ਉੱਥੇ ਜਾਂਦੇ ਆ, ਪੇਰੈਂਟਸ ਵੱਲੋਂ ਪ੍ਰੈਸ਼ਰ ਹੁੰਦਾ, ਆਪਣੀਆਂ ਫੀਸਾਂ ਕੱਢਣ ਦਾ ਪ੍ਰੈਸ਼ਰ ਹੁੰਦਾ, ਪਿੱਛੇ ਹੈਲਪ ਕਰਨ ਦਾ। ਕਈ ਵਾਰ ਜਿਹੜੇ ਪੇਰੈਂਟਸ ਨੇ ਪੈਸੇ ਇੱਧਰ ਉੱਧਰ ਫੜੇ ਹੁੰਦੇ, ਕਈ ਵਾਰੀ ਕਿ ਉਹ ਸਾਡੇ ਬੱਚੇ ਸਾਨੂੰ ਵਾਪਸ ਭੇਜਣ ਰਾਈਟ ਵੇ। ਸੋ ਉਹ ਬੱਚੇ ਉਹਦੇ ਕਰਕੇ ਕਈ ਵਾਰ ਸਟ੍ਰੈਸ ਦੇ ਵਿੱਚ ਚੱਲ ਜਾਂਦੇ ਆ, ਮੈਂਟਲ ਹੈਲਥ ਦਾ ਜਿਹੜਾ ਬੜਾ ਵੱਡਾ ਇਸ਼ੂ ਆ ਜੀ, ਉਹਦੇ ਕਰਕੇ ਬੱਚੇ ਸੁਸਾਈਡ ਕਰਦੇ ਆ। ਡਰੱਗ ਓਵਰਡੋਸ ਜਿਹੜਾ ਇੱਕ ਬਹੁਤ ਵੱਡਾ ਇਸ਼ੂ ਆ, ਕਈ ਵਾਰੀ ਬੱਚੇ ਇੱਥੋਂ ਵੀ ਨਸ਼ੇ ਕਰਦੇ ਜਾਂਦੇ ਆ, ਉੱਥੇ ਵੀ ਜਾ ਕੇ ਮਾੜੀ ਸੰਗਤ ਦੇ ਵਿੱਚ ਪੈ ਜਾਂਦੇ ਆ। ਸੋ ਉਹਦੇ ਕਰਕੇ ਵੀ ਜਿਹੜੀਆਂ ਬੱਚਿਆਂ ਦੀਆਂ ਜਿਹੜੀਆਂ ਮੌਤਾਂ ਹੁੰਦੀਆਂ, ਹਾਰਟ ਅਟੈਕਸ ਜਾਂ ਹੋਰ ਜਿਹੜੀਆਂ ਚੀਜ਼ਾਂ, ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਜਿਹਨਾਂ ਉੱਤੇ ਧਿਆਨ ਦੇਣ ਦੀ ਲੋੜ ਆ। ਬਹੁਤ ਤੁਹਾਨੂੰ ਸਟਰੋਂਗ ਬਣ ਕੇ ਰਹਿਣਾ ਪੈਂਦਾ, ਕਿਉਂਕਿ ਤੁਸੀਂ ਬਾਹਰਲੇ ਕੰਟਰੀ ਦੇ ਵਿੱਚ ਜਾਂਦੇ ਆ, ਉੱਥੇ ਇੱਕ ਡਿਫਰੈਂਟ ਇਨਵਾਇਰਮੈਂਟ ਆ, ਤੁਸੀਂ ਆਪਣੇ ਘਰਦਿਆਂ ਤੋਂ ਦੂਰ ਆ, ਡਿਫਰੈਂਟ ਉੱਥੋਂ ਦਾ ਕਲਚਰ ਆ, ਤੁਸੀਂ ਆਪਣੀ ਪੜ੍ਹਾਈ ਕੰਪਲੀਟ ਕਰਨੀ, ਜਿਹੜੇ ਪਹਿਲੇ 3-4 ਸਾਲ ਹੁੰਦੇ ਉਹਦੇ ਉੱਦਾਂ ਵੈਸੇ ਬਹੁਤ ਟਫ ਹੁੰਦੇ ਆ। ਸੋ ਇਹ ਚੀਜ਼ਾਂ ਹਮੇਸ਼ਾ ਧਿਆਨ ਦੇ ਵਿੱਚ ਰੱਖੋ, ਸਟਰੋਂਗ ਬਣ ਕੇ ਰਹੋ। ਦੇਖੋ ਮਾੜਾ ਸਮਾਂ ਕਦੀ ਵੀ ਨਹੀਂ ਰਹਿੰਦਾ, ਹਮੇਸ਼ਾ ਹੀ ਤੁਸੀਂ ਜਿਹੜਾ ਕਈ ਵਾਰੀ ਮਾੜਾ ਸਮਾਂ ਆਉਂਦਾ ਉਹਨੂੰ ਇੱਕ ਕਹਿ ਲਓ ਕਿ ਵਧੀਆ ਤਰੀਕੇ ਨਾਲ ਉਹਨੂੰ ਡੀਲ ਕਰੋ, ਆਪਣੀ ਪੜ੍ਹਾਈ ਉੱਦਾਂ ਦੀ ਚੂਜ਼ ਕਰੋ ਇੱਥੋਂ ਕਿ ਜਿਹੜੀ ਤੁਹਾਨੂੰ ਉੱਥੇ ਜੋਬ ਲੱਭਣ ਦੇ ਵਿੱਚ ਮੁਸ਼ਕਲ ਨਾ ਆਵੇ, ਕੋਈ ਨਾ ਕੋਈ ਸਕਿੱਲ ਜਿਹੜੀ ਇੱਥੋਂ ਅਕਵਾਇਰ ਕਰਕੇ ਜਾਓ। ਕਿਉਂਕਿ ਬੱਚੇ ਕਈ ਵਾਰ ਜਾਂਦੇ, ਮੈਂ ਹਮੇਸ਼ਾ ਕਹਿੰਦਾ ਹੁੰਦਾ ਚਲੋ ਤੁਸੀਂ ਪੜ੍ਹਾਈ ਚਾਹੇ ਡਾਕਟਰੀ ਦੀ ਕਰਨੀ, ਕੋਈ ਵੀ ਕਰਨੀ, ਕੋਈ ਸਕਿੱਲ ਇੱਥੋਂ ਸਿੱਖ ਕੇ ਜਾਓ, ਤਾਂ ਤੁਸੀਂ ਬਾਰਬਰ ਦਾ ਕੰਮ ਸਿੱਖ ਲਓ, ਚਾਹੇ ਤੁਸੀਂ ਪਲੰਬਿੰਗ ਦਾ ਸਿੱਖ ਲਓ, ਇਲੈਕਟ੍ਰੀਸ਼ਨ ਦਾ ਸਿੱਖ ਲਓ, ਇਦਾਂ ਦੇ ਕੰਮ ਜਿਹੜੀ ਸਕਿੱਲਡ ਜਿਹੜੀ ਵਰਕਰ ਆ ਜੀ ਉਹਦੀ ਉੱਥੇ ਬਹੁਤ ਸ਼ਾਰਟੇਜ ਆ। ਜਦੋਂ ਬੰਦਾ ਹੱਥੀਂ ਕਿਰਤ ਕਰਨਾ ਜਾਣਦਾ ਔਰ ਕਿਸੇ ਕੰਮ ਦਾ ਜਾਣੂ ਹੈਗਾ ਤਾਂ ਕਿਤੇ ਨਾ ਕਿਤੇ ਲੇਬਰ ਸ਼ਾਰਟੇਜ, ਹਾਂਜੀ ਲੇਬਰ ਸ਼ਾਰਟੇਜ ਜਿਹੜੀ ਆ ਉਹ ਕਈ ਵਾਰੀ ਹੋ ਜਾਂਦੀ, ਲੇਕਿਨ ਜੇ ਸਕਿੱਲ ਤੁਹਾਡੇ ਹੱਥ ਦੇ ਵਿੱਚ ਕੋਈ ਹੈਗੀ ਨਾ, ਤੁਸੀਂ ਆਪਣੇ ਆਪ ਦੀ ਹੈਲਪ ਕਰ ਸਕਦੇ ਆ, ਆਪਣਾ ਜਿਹੜਾ ਗੁਜ਼ਾਰਾ ਵਗੈਰਾ, ਆਪਣੀ ਫੀਸ ਕੱਢ ਸਕਦੇ ਆ, ਆਪਣੇ ਪੇਰੈਂਟਸ ਦੀ ਹੈਲਪ ਕਰ ਸਕਦੇ ਆ। ਸੋ ਹਮੇਸ਼ਾ ਕੋਸ਼ਿਸ਼ ਕਰੋ ਕੋਈ ਨਾ ਕੋਈ ਸਕਿੱਲ ਜਿਹੜੀ ਅਕਵਾਇਰ ਕਰਕੇ ਜਾਓ। ਸਮ ਸਾਹਿਬ, ਫੈਡਰਲ ਗਵਰਨਮੈਂਟ ਵੱਲੋਂ ਲਗਾਤਾਰ ਜਿਹੜਾ ਹੈਗਾ, ਬਿਲਕੁਲ ਆਪਾਂ ਕਹਿ ਸਕਦੇ ਹਾਂ ਕਿ ਜਿਹੜੀਆਂ ਪਾਲਿਸੀਜ਼ ਹੈਗੀਆਂ ਉਹਨਾਂ ਨੂੰ ਟਾਈਟ ਕੀਤਾ ਜਾ ਰਿਹਾ ਫਾਰ ਸਟੂਡੈਂਟਸ ਨੂੰ ਕਹ ਲਓ ਜਾਂ ਸਪਾਊਸ ਨੂੰ ਲੈ ਕੇ, ਜਿੱਦਾਂ ਹੁਣ ਪਹਿਲਾਂ ਤਾਂ GIC ਨੂੰ ਲੈ ਕੇ ਸੀਗਾ ਡਬਲ ਕਰ ਦਿੱਤਾ ਥੋੜ੍ਹਾ ਜਿਹਾ, ਉਸ ਤੋਂ ਵੀ ਲੋਕ ਕਹਿੰਦੇ ਕਿ ਮੈਨੇਜ ਕਰਨਾ ਜਿਹੜਾ ਹੈਗਾ, ਕਿਉਂਕਿ ਪਹਿਲਾਂ ਹੀ ਬਹੁਤ ਔਖੇ ਤਰੀਕੇ ਨਾਲ ਜਿਹੜੇ ਪੰਜਾਬੀ ਹੈਗੇ ਆਪਣੇ ਬੱਚਿਆਂ ਨੂੰ ਉੱਥੇ ਸੈਟਲ ਕਰਨ ਦੀ ਕਹਿ ਸਕਦੇ ਕੋਸ਼ਿਸ਼ ਦੇ ਵਿੱਚ ਹੁੰਦੇ ਆ, ਤਾਂ ਜਦੋਂ GIC ਡਬਲ ਹੋ ਗਿਆ ਉਸ ਤੋਂ ਬਾਅਦ ਹੁਣ ਸਪਾਊਸ ਨੂੰ ਲੈ ਕੇ ਰੀਸੈਂਟ ਜਿਹੜਾ ਹੈਗਾ ਵਾ ਉਹ ਸਰਕਾਰ ਵੱਲੋਂ ਅਪਲਾ ਕੀਤੇ ਗਏ ਹੈਗੇ 2 ਸਾਲ ਨੂੰ ਲੈ ਕੇ, ਫਿਰ ਹਾਊਸਿੰਗ ਨੂੰ ਲੈ ਕੇ ਕੀਤੇ ਹੈਗੇ, ਤੇ ਕਿਵੇਂ ਦੇਖਦੇ ਹੋ ਸਾਰਾ ਕੁਝ, ਜਾਂ ਫਿਰ ਅਜਿਹੇ ਦੇ ਵਿੱਚ ਸਟੂਡੈਂਟਸ ਜਿਹੜੇ ਹੈਗੇ ਆ ਤੁਹਾਨੂੰ ਮਿਲਦੇ ਵੀ ਹੋਣਗੇ ਉੱਥੇ ਬੈਂਟਨ ਨੂੰ, ਕਿਸ ਤਰ੍ਹਾਂ ਦੇ ਜਿਹੜੇ ਹੈਗੇ ਆ ਉਹ ਸਟੂਡੈਂਟਸ ਦਾ ਕੀ ਕਮੈਂਟਸ ਹੈਗਾ ਉੱਥੋਂ ਦੇ ਨਾਲ, ਔਰ ਤੁਸੀਂ ਆਪਣੇ ਤੌਰ ਦੇ ਉੱਤੇ ਇਹਨੂੰ ਕਿਵੇਂ ਦੇਖਦੇ ਹੋ? ਦੇਖੋ ਜਿੱਦਾਂ ਮੈਂ ਪਹਿਲਾਂ ਕਿਹਾ, ਪ੍ਰਿੰਸ ਬਹੁਤ ਚੈਲੇਂਜਿੰਗ ਟਾਈਮ ਹੈਗਾ ਜੀ,
ਕਈ ਇਹਦੇ ਫੈਕਟਰਸ ਆ। ਨੋ ਡਾਊਟ ਜਿਹੜਾ ਡਿਸੀਜਨ ਜਿਹੜਾ ਫੈਡਰਲ ਗਵਰਨਮੈਂਟ ਸਾਡੀ ਸੈਂਟਰ ਦੀ ਗਵਰਨਮੈਂਟ ਉਹਨਾਂ ਵੱਲੋਂ ਲਿਆ ਗਿਆ, ਮੈਂ ਪ੍ਰੋਵਿੰਸ਼ੀਅਲ ਗਵਰਨਮੈਂਟ ਦਾ ਨੁਮਾਇੰਦਾ, ਬਟ ਕਈ ਇਹਦੇ ਫੈਕਟਰਸ ਹੈਗੇ ਜਿੱਦਾਂ ਮੈਂ ਕਿਹਾ ਹਾਊਸਿੰਗ ਤੁਸੀਂ ਮੈਂਸ਼ਨ ਕੀਤੀ, ਹਾਊਸਿੰਗ ਦੀ ਬਹੁਤ ਸ਼ੋਰਟੇਜ ਆ ਜੀ ਉੱਥੇ ਕਿਉਂਕਿ ਪਾਪੂਲੇਸ਼ਨ ਜਿਹੜੀ ਕਾਫੀ ਗਰੋਥ ਹੋਈ ਆ ਪਿਛਲੇ 10 ਸਾਲਾਂ ਦੇ ਵਿੱਚ ਤੇ ਹਾਊਸਿੰਗ ਦੀ ਸ਼ੋਰਟੇਜ ਆ। ਸਾਡੀ ਜਿਹੜੀ ਪ੍ਰੋਵਿੰਸ਼ੀਅਲ ਗਵਰਨਮੈਂਟ ਹੈਗੀ ਉਹਨਾਂ ਦਾ ਟੀਚਾ ਕਿ ਆਉਣ ਵਾਲੇ 10 ਸਾਲਾਂ ਦੇ ਵਿੱਚ ਅਸੀਂ 1.5 ਮਿਲੀਅਨ ਘਰ ਜਿਹੜਾ ਨਵਾਂ ਬਣਾਉਣਾ, ਬ੍ਰੈਂਪਟਨ ਦੇ ਵਿੱਚ ਨਿਊ ਬਣ ਜਾਣਾ, ਪੂਰੇ ਅੰਟਾਰੀਓ ਦੇ ਵਿੱਚ 1.5 ਮਿਲੀਅਨ ਜਿਹੜਾ ਘਰ ਆ ਜੀ ਉਹ ਨਵਾਂ ਬਣਾਉਣਾ। ਉਹਦੇ ਵਿੱਚ ਜਿਹੜਾ ਸਾਡੀ ਕੋਸ਼ਿਸ਼ ਹੈ ਕਿ ਹਾਊਸਿੰਗ ਦੀ ਸ਼ੋਰਟੇਜ ਨੂੰ ਖਤਮ ਕੀਤਾ ਜਾਵੇ। ਨਾਲ ਦੀ ਨਾਲ ਮੈਂ ਕਿਹਾ ਜਿੱਦਾਂ ਇਨਫਲੇਸ਼ਨ ਅੱਜ ਕੱਲ੍ਹ ਚੱਲ ਰਹੀ ਆ ਜੀ, ਇਕਨੋਮਿਕ ਅਨਸਰਟਨਟੀ, ਜੋਬਾਂ ਲੱਭਣ ਦੇ ਵਿੱਚ ਬੱਚਿਆਂ ਨੂੰ ਪ੍ਰੋਬਲਮ ਆ ਰਹੀਆਂ, ਸੋ ਇਹਦੇ ਮੈਨੂੰ ਲੱਗਦਾ ਕੰਸੀਡਰ ਜਿਹੜੀਆਂ ਚੀਜ਼ਾਂ ਕਰਕੇ ਫੈਡਰਲ ਗਵਰਨਮੈਂਟ ਵੱਲੋਂ ਡਿਸੀਜਨ ਲਿਆ ਗਿਆ ਹੋਊਗਾ। ਲੇਕਿਨ ਇਹ ਡਿਸੀਜਨ ਮੇਰੇ ਖਿਆਲ ਨਾਲ ਟੈਂਪਰਰੀ ਹੋਊਗਾ ਜੀ, ਕਿਉਂਕਿ ਦੇਖੋ ਜਿਉਂ ਜਿਉਂ ਤੁਹਾਡੀ ਕੰਟਰੀ ਦੀ ਜਿਹੜੀ ਸਿਚੁਏਸ਼ਨ ਇੰਪਰੂਵ ਹੁੰਦੀ ਆ, ਇਕਨੋਮਿਕ ਜਿਹੜੀ ਆ ਜਿਹੜਾ ਟਾਈਮ ਚੈਲੇਂਜਿੰਗ ਟਾਈਮਸ ਹੈਗੇ ਉਹ ਠੀਕ ਹੁੰਦੇ ਆ, ਤੇ ਮੈਨੂੰ ਲੱਗਦਾ ਹਾਊਸਿੰਗ ਦੀ ਜਿਹੜੀ ਸ਼ਾਰਟੇਜ ਉਹਨੂੰ ਘਟਾਇਆ ਜਾਂਦਾ, ਤੇ ਡੈਫੀਨੇਟਲੀ ਜਿਹੜਾ ਡਿਸੀਜਨ ਜਿਹੜਾ ਹੋ ਸਕਦਾ ਫੈਡਰਲ ਗਵਰਨਮੈਂਟ ਨੂੰ ਬਾਅਦ ਚੋਂ ਰਿਵਾਈਵ ਵੀ ਕਰ ਸਕਦੀ ਆ। ਸੋ ਇਹ ਕੋਸ਼ਿਸ਼ ਆ ਜੀ, ਇਹਨੂੰ ਆਪਣਾ ਸਾਡੀ ਇਹ ਕੋਸ਼ਿਸ਼ ਹੁੰਦੀ ਆ ਕਿ ਜਿਹੜੇ ਵਧੀਆ ਐਜੂਕੇਸ਼ਨ ਵਧੀਆ ਕਾਲਜਿਸ ਜਿਹੜੇ ਆ ਜੀ ਉਹਨਾਂ ਨੂੰ ਸਪੋਰਟ ਕੀਤੀ ਜਾਵੇ, ਲੇਕਿਨ ਬੱਚਿਆਂ ਨੂੰ ਵੀ ਜਿੱਦਾਂ ਮੈਂ ਕਿਹਾ ਕਿ ਤੁਸੀਂ ਇੱਥੋਂ ਵਧੀਆ ਕੋਰਸ ਚੂਜ਼ ਕਰਕੇ ਜਾਓ ਤਾਂ ਕਿ ਤੁਹਾਨੂੰ ਕੋਈ ਉੱਥੇ ਜਿਹੜੀ ਮੁਸ਼ਕਿਲ ਨਾ ਆ ਸਕੇ। ਸੋ ਇਹ ਹਮੇਸ਼ਾ ਤੁਹਾਨੂੰ ਜਿਹੜੀ ਚੀਜ਼ ਧਿਆਨ ਦੇ ਵਿੱਚ ਰੱਖਣ ਦੀ ਲੋੜ ਹੈਗੀ ਕਿ ਤੁਸੀਂ ਵਧੀਆ ਕੋਰਸ ਚੂਜ਼ ਕਰੋ ਕਿ ਤੁਸੀਂ ਪੜ੍ਹਾਈ ਕੰਪਲੀਟ ਕਰਨ ਦੇ ਨਾਲ ਨਾਲ ਜਿਹੜੀ ਆਪਣੀ ਬਾਅਦ 'ਚ ਜੋਬ ਉਹਦੇ ਵਿੱਚ ਲੈ ਸਕੋ ਅਤੇ ਨਾਲ ਤੁਹਾਡੀ PR ਜਿਹੜੀ ਉੱਥੋਂ ਦੀ ਹੋ ਸਕੇ। ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਸਟੂਡੈਂਟਸ ਨੂੰ ਰਾਹਤ ਮਿਲ ਸਕਦੀ ਹੈ, ਕੋਈ ਗੱਲਬਾਤ ਹੁੰਦੀ ਹੈ ਅਜਿਹੀ? ਦੇਖੋ ਮੈਂ ਕਿਹਾ ਜਿੱਦਾਂ ਫੈਡਰਲ ਗਵਰਨਮੈਂਟ ਵੱਲੋਂ ਚੀਜ਼ਾਂ ਹੈਗੀਆਂ ਉਹਨਾਂ ਨੇ ਅਨਾਊਂਸਮੈਂਟ, ਹਾਂਜੀ ਉਹਨਾਂ ਨੇ ਕੀਤੀ ਆ। ਸੋ ਸੱਤਾਧਾਰੀ ਧਿਰ ਤੋਂ ਇਲਾਵਾ ਜਿਹੜਾ ਹੈਗਾ ਤੁਸੀਂ ਜੇਕਰ ਵਿਰੋਧੀ ਪੱਖ ਦੇ ਵਿੱਚ ਵੀ ਹੋ ਤਾਂ ਉੱਥੇ ਕੋਈ ਗੱਲਬਾਤ ਹੈ ਅਜਿਹੀ? ਕਿਉਂਕਿ ਜੇ ਵੇਖਿਆ ਜਾਵੇ ਤਾਂ ਬ੍ਰੈਂਪਟਨ ਦੇ ਵਿੱਚ ਤਕਰੀਬਨ MPP ਜਿਹੜੇ ਹੈਗੇ ਪੰਜਾਬੀ ਹੈਗੇ, 4 ਗਿਣਤੀ ਜਿਹੜੀ ਹੈਗੀ ਆ, ਤੇ ਜਾਂ ਇਕੱਠ ਦੇ ਤੌਰ ਦੇ ਉੱਤੇ ਜਦੋਂ ਕੋਈ ਗੱਲ ਲੱਗਦੀ ਹੈਗੀ, ਕਿਉਂਕਿ ਤੁਹਾਡੇ ਨਾਲ ਪੰਜਾਬੀ ਭਾਈਚਾਰਾ ਵੱਡੇ ਗਿਣਤੀ ਦੇ ਵਿੱਚ ਜੁੜਿਆ ਹੋਇਆ ਹੈਗਾ, ਤਾਂ ਕੀ ਤੁਹਾਡੇ ਵੱਲੋਂ ਕੋਈ ਅਜਿਹਾ ਕਹਿ ਸਕਦੇ ਹਾਂ ਕਿ ਰਾਬਤਾ ਸਰਕਾਰ ਨਾਲ ਫੈਡਰਲ ਗਵਰਨਮੈਂਟ ਨਾਲ ਕੀਤਾ ਗਿਆ ਹੋਵੇ, ਜਾਂ ਫਿਰ ਲੱਗਦਾ ਹੈਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਨਾ ਕਿਤੇ ਵਿਦਿਆਰਥੀਆਂ ਨੂੰ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਹੈਗੇ ਉਹਨਾਂ ਨੂੰ ਕਿਤੇ ਰਾਹਤ ਮਿਲ ਸਕਦੀ ਹੈ ਜਾਂ ਨਹੀਂ? ਬਿਲਕੁਲ, ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਜੀ, ਮੈਂ ਇੱਕ ਇੰਟਰਨੈਸ਼ਨਲ ਸਟੂਡੈਂਟ ਦੇ ਤੌਰ 'ਤੇ ਖੁਦ ਗਿਆ ਸੀ, ਜਿਹੜੇ ਵੀ ਸਟੂਡੈਂਟਸ ਦੇ ਮਸਲੇ ਹੁੰਦੇ ਆ ਉਹਨਾਂ ਦਾ ਹੱਲ ਕਰਵਾਉਣ ਦਾ ਯਤਨ ਕੀਤਾ ਜਾਵੇ। ਪਿੱਛੇ ਜੇ ਵੀ ਆਪਣੀ ਗੱਲ ਹੋਈ ਸੀ ਕਿ ਜਿਹੜਾ ਡੈਪੂਟੇਸ਼ਨ ਦਾ ਸਟੂਡੈਂਟਸ ਦਾ ਪਿਆ ਸੀ, ਉਹ ਮੈਂ ਪ੍ਰਾਈਮ ਮਿਨਿਸਟਰ ਨੂੰ ਉੱਥੋਂ ਦੇ ਇਮੀਗ੍ਰੇਸ਼ਨ ਮਿਨਿਸਟਰ ਨੂੰ ਲੈਟਰ ਲਿਖੀ ਸੀ, ਤੇ ਕਾਫੀ ਉਹਨਾਂ ਸਟੂਡੈਂਟਸ ਦਾ ਆਪਾਂ ਸਾਥ ਵੀ ਦਿੱਤਾ ਕਿ ਡੈਪੂਟੇਸ਼ਨ ਜਿਹੜੀ ਉਹਨਾਂ ਰੋਕੀ ਜਾ ਸਕੇ, ਕਿਉਂਕਿ ਉਹ ਜਿਹੜੇ ਸਟੂਡੈਂਟਸ ਪੀਨਲਾਈਜ਼ ਹੋ ਰਹੇ ਸੀ ਜਿਹੜੇ ਏਜੰਟਸ ਦੀ ਗਲਤੀ ਕਰਕੇ, ਸੋ ਉਹ ਵਧੀਆ ਇੱਕ ਡਿਸੀਜਨ ਫੈਡਰਲ ਗਵਰਨਮੈਂਟ ਨੇ ਜਿਹੜਾ ਜੀ ਉਹ ਦੁਬਾਰਾ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਆ। ਸੋ ਜੋ ਵੀ ਇਸ਼ੂਜ਼ ਹੁੰਦੇ ਜਿੱਦਾਂ ਮੈਂ ਕਿਹਾ ਹਾਊਸਿੰਗ ਦਾ ਬਹੁਤ ਵੱਡੀ ਇਸ਼ੂ ਹੈਗਾ, ਹਾਊਸਿੰਗ ਜਿਹੜੀ ਸ਼ਾਰਟੇਜ ਆ, ਸੋ ਸਾਡੀ ਗਵਰਨਮੈਂਟ ਵੱਲੋਂ ਕੋਸ਼ਿਸ਼ ਆ ਕਿ ਹਾਊਸਿੰਗ ਸ਼ਾਰਟੇਜ ਨੂੰ ਜਿਹੜਾ ਜੀ ਉਹ ਖਤਮ ਕੀਤਾ ਜਾਵੇ। ਕੋਵਿਡ ਦੇ ਟਾਈਮ ਦੇ ਵਿੱਚ ਮੈਂ ਇੱਕ ਸਰਕਾਰ ਦੇ ਨਾਲ ਗੱਲ ਕਰਕੇ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਜਿੰਨੇ ਵੀ ਗਏ ਆ ਜੀ, ਉਹਨਾਂ ਦਾ ਕੋਵਿਡ ਦੇ ਟਾਈਮ ਦੇ ਵਿੱਚ ਫ੍ਰੀ ਇਲਾਜ, ਕੋਈ ਜੇ ਹਸਪੀਟਲ ਦੇ ਵਿੱਚ ਜਾਂਦਾ ਸੀ ਉਹਦਾ ਫ੍ਰੀ ਇਲਾਜ ਕੀਤਾ ਜਾਂਦਾ ਸੀ। ਸੋ ਵੀ ਸਾਡੀ ਇਹ ਹਮੇਸ਼ਾ ਕੋਸ਼ਿਸ਼ ਹੁੰਦੀ ਕਿ ਜਿਹੜੇ ਵੀ ਬੱਚਿਆਂ ਦੇ ਸਟੂਡੈਂਟਸ ਦੇ ਹਿੱਤ ਦੇ ਫੈਸਲੇ ਹੋਣ ਲੈ ਜਾਣ, ਕਿਉਂਕਿ ਆਪ ਤੁਸੀਂ ਜਦੋਂ ਇੱਕ ਇੰਟਰਨੈਸ਼ਨਲ ਸਟੂਡੈਂਟ ਰਹੇ ਆ ਤੁਸੀਂ ਉਹ ਚੀਜ਼ਾਂ ਐਕਸਪੀਰੀਅੰਸ ਕੀਤੀਆਂ ਜਿਹੜਾ ਚੈਲੰਜਸ ਹੁੰਦੇ ਆ, ਸੋ ਹਮੇਸ਼ਾ ਸਾਡੀ ਕੋਸ਼ਿਸ਼ ਹੁੰਦੀ ਕਿ ਉਹਨਾਂ ਦੀ ਹੈਲਪ ਕੀਤੀ ਜਾਵੇ। ਸੋ ਸਾਹਿਬ, ਨਿੱਜਰ ਕਤਲਕਾਂਡ ਮਾਮਲੇ ਤੋਂ ਬਾਅਦ ਜਿਹੜਾ ਸੰਬੰਧ ਭਾਰਤ ਤੇ ਕਹਿ ਸਕਦੇ ਹਾਂ ਕਿ ਕੈਨੇਡਾ ਦੇ ਦਰਮਿਆਨ ਕਾਫੀ ਸਾਰੇ ਵਖਰੇਵੇਂ ਕਹਿ ਲਓ ਜਾਂ ਫਿਰ ਤਲਖ ਭਰੇ ਜਿਹੜੇ ਹੈਗੇ ਆ, ਉਹ ਕਈ ਕਮੈਂਟਸ ਚੱਲੇ ਤੋਂ ਬਾਅਦ ਕਿਤੇ ਨਾ ਕਿਤੇ ਰੋਕ ਜਿਹੜੀਆਂ ਸੀਗੀਆਂ ਵੀਜ਼ਾ ਤੇ ਪਾਬੰਦੀਆਂ ਜਿਹੜੀਆਂ ਹੈਗੀਆਂ ਉਹ ਵੀ ਦੋਨੋਂ ਤਰਫਾਂ ਜਿਹੜੀਆਂ ਹੈਗੀਆਂ ਉਹ ਜਿਹੀਆਂ ਚੀਜ਼ਾਂ ਸਾਹਮਣੇ ਆ। ਪਹਿਲਾਂ ਭਾਰਤ ਵੱਲੋਂ ਵੀ ਪਾਬੰਦੀ ਕੀਤੀ ਗਈ, ਬਾਅਦ ਕੈਨੇਡਾ ਦੇ ਵੱਲੋਂ ਵੀ ਇਹਦੇ ਉੱਤੇ ਕਮੈਂਟਸ ਜਿਹੜੇ ਹੈਗੇ ਆਏ ਹੈਗੇ, ਤਾਂ ਕਿਵੇਂ ਦੇਖਦੇ ਹੋ ਇਹ ਸਾਰੇ ਹਾਲਾਤ ਜਿਹੜੇ ਭਾਰਤ ਕੈਨੇਡਾ ਦੇ ਸੰਬੰਧ ਹੈਗੇ ਆ, ਉਸ ਦੇ ਉੱਤੇ ਕੀ ਕਹਿਣਾ ਚਾਹੋਗੇ ਕਿ ਸਹੀ ਮਾਇਨਿਆਂ ਦੇ ਵਿੱਚ ਜੋ ਕਮੈਂਟਸ ਇੱਥੇ ਦੇਖਣ ਨੂੰ ਮਿਲ ਰਹੇ ਆਪਾਂ ਨੂੰ, ਜੋ ਹਾਲਾਤ ਜਿਹੜੇ ਹੈਗੇ ਆ ਆਫ ਕੈਮਰਾ ਕਹਿ ਲਓ ਜਾਂ ਔਨ ਕੈਮਰਾ ਹਰ ਕੋਈ ਦੇਖ ਹੀ ਰਿਹਾ ਹੈਗਾ ਉਸਨੂੰ, ਆਪਣੇ ਤੌਰ ਦੇ ਉੱਤੇ ਤੁਸੀਂ ਉਸਨੂੰ ਕਿਵੇਂ ਵੇਖਦੇ? ਦੇਖੋ ਜੀ, ਮੈਂ ਹਮੇਸ਼ਾ ਇਹ ਗੱਲ ਕਹਿੰਦਾ ਹੁੰਦਾ ਕਿ ਕੈਨੇਡਾ ਅਤੇ ਜਿਹੜਾ ਇੰਡੀਆ ਦਾ ਰਿਲੇਸ਼ਨਸ਼ਿਪ ਬੜਾ ਸਟਰੋਂਗ ਰਿਲੇਸ਼ਨਸ਼ਿਪ ਆ, ਅੱਜ ਦਾ ਕੋਈ ਰਿਸ਼ਤਾ ਨਹੀਂ ਹੈਗਾ, ਬਹੁਤ ਪੁਰਾਣਾ ਵਾ। ਜਿਹੜਾ ਲਾਰਜੈਸਟ, ਵਨ ਆਫ ਦਾ ਲਾਰਜੈਸਟ ਟ੍ਰੇਡਿੰਗ ਪਾਰਟਨਰਸ ਜਿਹੜਾ ਹੈਗਾ ਇੰਡੀਆ ਕੈਨੇਡਾ ਦਾ, ਲਾਰਜੈਸਟ ਸੋਰਸ ਆਫ ਇਮੀਗ੍ਰੇਸ਼ਨ, ਲਾਰਜੈਸਟ ਸੋਰਸ ਆਫ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਉੱਥੇ ਜਾਂਦੇ ਆ ਜੀ, ਸੋ ਬੜਾ ਜਿਹੜਾ ਪੀਪਲ ਟੂ ਪੀਪਲ ਟਾਈਜ਼ ਜਿਹੜੀਆਂ ਦੋਵਾਂ ਕੰਟਰੀ ਦੇ ਵਿੱਚ ਹੈਗੀਆਂ ਵਾ। ਸਾਡੀ ਗਵਰਨਮੈਂਟ ਵੱਲੋਂ ਕੋਸ਼ਿਸ਼ ਹੁੰਦੀ ਹੈ ਅੰਟਾਰੀਓ ਵੱਲੋਂ ਕਿ ਜਿਹੜੀਆਂ ਜਿਹੜੇ ਟਾਈਜ਼ ਹੈਗੀਆਂ, ਚਾਹੇ ਉਹ ਕਲਚਰਲ ਟਾਈਜ਼ ਆ ਚਾਹੇ ਇਕਨੋਮਿਕ ਟਾਈਜ਼ ਆ, ਉਹਨਾਂ ਨੂੰ ਮਜ਼ਬੂਤ ਕੀਤਾ ਜਾਵੇ। ਇਨਫੈਕਟ ਸਾਡੇ
ਜਿਹੜੇ ਮਿਨਿਸਟਰ ਇੱਥੇ ਹੈਗੇ ਟ੍ਰੇਡ ਦੇ, ਉਹ ਹਮੇਸ਼ਾ ਇੰਡੀਆ ਦੇ ਵਿੱਚ ਦੋ ਤਿੰਨ ਵਾਰੀ ਚੱਕਰ ਲਗਾ ਕੇ ਗਏ ਆ ਕਿ ਟ੍ਰੇਡ ਨੂੰ ਦੋਵਾਂ ਕੰਟਰੀ ਦੇ ਵਿੱਚ ਵਧਾਇਆ ਜਾਵੇ। ਡੈਫੀਨੇਟਲੀ ਸਾਡੀ ਇਹ ਕੋਸ਼ਿਸ਼ ਹੋਊਗੀ ਕਿ ਜਿਹੜੀ ਰਿਸ਼ਤੇ ਆ ਜੀ ਇਹਨਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇ। ਕਈ ਵਾਰੀ ਜਿਹੜਾ ਕਈ ਉਹ ਜਿਹੜਾ ਇਸ਼ੂ ਆ ਜੀ ਉਹਦੇ ਉੱਤੇ ਇਨਵੈਸਟੀਗੇਸ਼ਨ ਅਜੇ ਚੱਲ ਰਹੀ ਆ, ਲੇਕਿਨ ਫੈਡਰਲ ਗਵਰਨਮੈਂਟ ਵੱਲੋਂ ਇਨਵੈਸਟੀਗੇਸ਼ਨ ਜਿਹੜੀ ਕੀਤੀ ਜਾ ਰਹੀ ਆ, ਲੇਕਿਨ ਸਾਡੀ ਇਹ ਕੋਸ਼ਿਸ਼ ਆ ਸਾਡੀ ਸਰਕਾਰ ਦੀ ਕਿ ਜਿਹੜੇ ਰਿਸ਼ਤੇ ਇਹਨਾਂ ਨੂੰ ਮਜ਼ਬੂਤ ਕੀਤਾ ਜਾਵੇ, ਟਾਈਜ਼ ਜਿਹੜੀਆਂ ਇਹਨਾਂ ਨੂੰ ਉਹਨਾਂ ਨੂੰ ਜਿਹੜਾ ਮਜ਼ਬੂਤ ਕੀਤਾ ਜਾਵੇ। ਸਰ ਸਭ ਬਹੁਤ ਬਹੁਤ ਧੰਨਵਾਦ ਗਰਬਲੀ। ਮੇਰੇ ਨਾਲ ਚੀਮਾ ਸਾਹਿਬ ਮੌਜੂਦ ਨੇ, ਬਕਾਇਦਾ ਇਸ ਸਕੂਲ ਦੇ ਪ੍ਰਿੰਸੀਪਲ ਨੇ ਔਰ ਨਾਲ ਨਾਲ ਸੰਧੂ ਸਾਹਿਬ ਦੇ ਮਿੱਤਰ ਵੀ ਨੇ ਖਾਸ। ਆ ਚੀਮਾ ਸਾਹਿਬ ਸੰਧੂ ਸਾਹਿਬ ਪਹੁੰਚੇ ਨੇ, ਇੱਕ ਕਹਿ ਸਕਦੇ ਹਾਂ ਕਿ ਇਸ ਸਕੂਲ 'ਚੋਂ ਪੜ੍ਹੇ ਹੋਏ ਵਿਦਿਆਰਥੀ ਅੱਜ ਪਹੁੰਚੇ ਹੈਗੇ ਆ, ਤੁਹਾਡੇ ਵੱਲੋਂ ਇਨਵਾਈਟ ਕੀਤਾ ਗਿਆ ਸੀਗਾ, ਸਕੂਲ ਦੇ ਮਾਹੌਲ ਨੂੰ ਲੈ ਕੇ ਜਾਂ ਕਿਸ ਤਰ੍ਹਾਂ ਦੀ ਖੁਸ਼ੀ ਹੈਗੀ ਆ ਸਟਾਫ ਦੇ ਵਿੱਚ ਜਾਂ ਬੱਚਿਆਂ ਦੇ ਵਿੱਚ ਇਸ ਦਿਨ ਨੂੰ ਲੈ ਕੇ ਖਾਸ ਤੌਰ? ਦੇਖੋ ਜੀ, ਖਾਸ ਤਰ ਮੇਰੇ ਕਰਕੇ ਮੇਰੇ ਬਹੁਤ ਕਲੋਜ਼ ਫਰੈਂਡ ਨੇ, ਅਤੇ ਉਸ ਤੋਂ ਬਾਅਦ ਸਾਡੇ ਸਕੂਲ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਆ ਵੀ ਗਰਾਊਂਡ ਲੈਵਲ ਤੋਂ ਉੱਠ ਕੇ ਕਿੱਥੋਂ ਤੱਕ ਸਟੂਡੈਂਟ ਲਾਈਫ ਤੋਂ ਨਿਕਲ ਕੇ ਫਿਰ ਦੋ ਵਾਰੀ ਉੱਥੇ MPP ਬਣਨਾ ਬਹੁਤ ਵੱਡੀ ਗੱਲ ਆ, ਸਾਡੇ ਲਈ ਬਹੁਤ ਵੱਡੀ ਅਚੀਵਮੈਂਟ ਹੈ, ਸਾਡੇ ਸਕੂਲ ਲਈ, ਸਾਡੇ ਇਲਾਕੇ ਲਈ, ਸਾਡੇ ਮਾਝੇ ਲਈ, ਸਾਡੇ ਪੰਜਾਬ ਲਈ, ਅਸੀਂ ਬਹੁਤ ਸਾਨੂੰ ਖੁਸ਼ੀ ਹੈ ਅਤੇ ਬੜਾ ਮਾਣ ਮਹਿਸੂਸ ਕਰ ਰਹੇ ਹਾਂ ਜੀ ਅਸੀਂ। ਤਾਂ ਇਹ ਸਨ MPP ਅਮਰਜੋਤ ਸੰਧੂ ਜਿਨ੍ਹਾਂ ਵੱਲੋਂ ਕੈਨੇਡਾ ਅਤੇ ਭਾਰਤ ਦੇ ਰਿਸ਼ਤਿਆਂ ਦੇ ਨਾਲ ਨਾਲ ਤਮਾਮ ਉਹਨਾਂ ਮੁੱਦਿਆਂ ਦੇ ਉੱਤੇ ਜਿਹੜਾ ਹੈਗਾ ਆਪਣਾ ਪੱਖ ਸਾਂਝਾ ਕੀਤਾ ਗਿਆ ਹੈਗਾ, ਔਰ ਆਉਣ ਵਾਲੇ ਸਮੇਂ ਦੇ ਵਿੱਚ ਕੈਨੇਡਾ ਦੇ ਵਿੱਚ ਜਿਹੜਾ ਹੈਗਾ ਵੱਖ ਵੱਖ ਜੋ ਵੀ ਨਵਾਂ ਹੋਣ ਜਾ ਰਿਹਾ, ਚਾਹੇ ਉਹ ਹਾਊਸਿੰਗ ਦੀਆਂ ਪ੍ਰੋਬਲਮ ਸੀਗੀਆਂ, ਉਸ ਤੋਂ ਬਾਅਦ 'ਚ ਉਹਨਾਂ ਸਾਰਿਆਂ ਮੁੱਦਿਆਂ ਦੇ ਉੱਤੇ ਵੀ ਵਿਸ਼ੇਸ਼ ਤੌਰ ਦੇ ਉੱਤੇ ਗੱਲਬਾਤ ਜਿਹੜੀ ਹੈਗੀ ਹੈ ਉਹ ਕੀਤੀ ਗਈ ਹੈ। ਨਿਊਜ਼ 18 ਪੰਜਾਬ ਦੇ ਲਈ ਗੁਰਦਰਸ਼ਨ ਸਿੰਘ ਤਈਆ।